ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇੱਕ ਡਰੱਗਸ ਅਤੇ ਆਰਮਸ ਦਾ ਵੱਡਾ ਕਾਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਹਾਂ, US ਬੇਸਡ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ, ਉਹਨੂੰ ਅਸੀਂ ਬਸਟ ਕੀਤਾ। ਇਹਦੀ ਜਿਹੜੀ ਰਿਕਵਰੀ ਹੋਈ ਹੈ, 19 ਕਿਲੋ ਹੀਰੋਇਨ ਹੈ, 7 ਪਿਸਟਲ ਨੇ ਬੜੇ ਸੋਫਿਸਟੀਕੇਟਡ, ਔਰ ਡਰੋਨ ਦੇ ਪਾਰਟਸ ਨੇ, ਔਰ ਡਰੋਨ ਦਾ ਰਿਮੋਟ ਮਿਲਿਆ, 23 ਲੱਖ ਰੁਪਇਆ ਡਰੱਗ ਮਨੀ ਔਰ ਵਹੀਕਲ। ਅਤੇ ਜਿਹੜੇ ਪਿਸਟਲ ਨੇ ਉਹਨਾਂ 'ਚ ਇੱਕ 9mm ਗਲੌਕ ਦਾ ਬੜਾ ਸੋਫਿਸਟੀਕੇਟਡ ਪਿਸਟਲ ਹੈ, 3 ਹੈਗੇ ਆ 0.30 ਬੋਰ ਦੇ ਪਿਸਟਲਸ, ਔਰ 3 ਹੈਗੇ 0.32 ਬੋਰ ਦੇ ਪਿਸਟਲਸ। ਔਰ ਜਿਹੜੀ ਇਹਦੇ 'ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਐਮੂਨੀਸ਼ਨ ਵੀ ਮਿਲਿਆ। ਤੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਗਦਾ। ਸਾਡੀ ਟੀਮ ਜਿਹੜੀ DCP ਸਾਹਿਬ ਮਿਸਟਰ ਹਰਪ੍ਰੀਤ ਮੰਡੇਰ, ਅਭਿਮਨਿਊ ਰਾਣਾ ਜੀ, ਮਿਸਟਰ ACP ਸੁਰਿੰਦਰ ਸਿੰਘ ਜੀ ਔਰ ਬਿੰਦਰਜੀਤ ਸਾਡੇ CIA 3 ਦੇ ਇੰਚਾਰਜ, ਔਰ ਉਹਨਾਂ ਦੀ ਸਾਰੀ ਟੀਮ, ਉਹਨਾਂ ਨੇ ਬੜੀ ਬਹੁਤ ਅੱਛੀ ਮਿਹਨਤ ਕੀਤੀ ਔਰ ਇੰਟੈਲੀਜੈਂਸ ਬੇਸਡ ਓਪਰੇਸ਼ਨ ਨੂੰ ਅੰਜਾਮ ਦਿੱਤਾ। ਇਹਦੇ 'ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ, ਮਨਾਵਾ USA ਬੇਸਡ ਹੈਗਾ, ਉਹ ਆਲਮੋਸਟ ਜੋ ਪ੍ਰਿਲਿਮਨਰੀ ਇਨਵੈਸਟੀਗੇਸ਼ਨ 'ਚ ਗੱਲ ਆਈ ਹੈ, ਉਹ 1 ਸਾਲ ਤੋਂ ਇਹ ਜਿਹੜਾ ਰੈਕਟ ਚਲਾ ਰਿਹਾ ਆਪਣਾ, ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ। ਜਿਹੜੇ 2 ਇਹਦੇ ਓਪਰੇਟਰ ਫੜੇ ਗਏ ਨੇ, ਸੰਦੀਪ ਲਾਡੀ ਅਤੇ ਰੋਸ਼ਨ, ਔਰ ਇਹ ਉੱਥੇ ਇਹਨਾਂ ਨੇ ਬੜੀ ਕੈਵਿਟੀਜ਼ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ, ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ। ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ। ਸੋ ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦਾ। ਔਰ ਇਹਦੇ ਜਿਹੜੀ ਅਗਲੀ ਗੱਲ ਹੈ, ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ, ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ ਨਾਲ ਆਰੰਭੀ ਹੈ, ਪਲੱਸ ਜਿਹੜੇ ਇਹਨਾਂ ਸਮਗਲਰਸ ਦੀ ਪ੍ਰੋਪਰਟੀ ਹੈ ਉਹ ਵੀ ਅਸੀਂ ਨਾਲ ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਔਨ ਫਾਈਲ, ਸੋ ਦੈਟ ਇਹ ਆਪਣੇ ਜਿਹੜੀ ਫਰੀਜ਼ ਕਰਾਈ ਜਾਵੇ ਔਰ ਇਹਨਾਂ 'ਤੇ ਪੂਰਾ ਦਬਾਅ ਬਣਾਇਆ ਜਾਵੇ। ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ ਔਰ ਇਸ ਨੈਟਵਰਕ ਦੇ, ਇਸ ਕਾਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ। ਔਰ ਇਸ 'ਤੇ DG ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬਾਰੇ ਉਹਨਾਂ ਨੇ ਅਨਾਊਂਸ ਕੀਤਾ, ਉਹ ਇਹਨਾਂ ਨੂੰ ਜਲਦੀ ਅਸੀਂ ਦਵਾਵਾਂਗੇ ਰਿਕਮੈਂਡੇਸ਼ਨ ਭੇਜ ਕੇ। ਸੋ ਮੈਂ ਅਖੀਰ ਦੇ ਵਿੱਚ ਸਾਰੀ ਟੀਮ ਨੂੰ ਇੱਕ, ਜਿਵੇਂ ਨਵਾਂ ਸਾਲ ਅੱਜ ਐਂਡ ਹੋ ਰਿਹਾ, ਇੱਕ ਬਹੁਤ ਵੱਡੀ ਕਾਮਯਾਬੀ ਮੈਂ ਮੰਨਦਾ। ਇੰਨੀ ਵੱਡੀ ਕੁਆਂਟਿਟੀ ਦੇ ਵਿੱਚ ਪਿਸਟਲ ਅਤੇ ਹੀਰੋਇਨ ਸ਼ਾਇਦ ਅੰਮ੍ਰਿਤਸਰ ਸ਼ਹਿਰ 'ਚ ਨਹੀਂ ਫੜੀ ਗਈ, ਤੋ ਇਟ ਇਜ਼ ਅ ਬਿਗ ਅਚੀਵਮੈਂਟ। ਦੇਖੋ ਇਹਨੂੰ ਗਏ ਨੂੰ ਥੋੜ੍ਹੀ ਦੇਰ ਹੋ ਗਈ, ਇਹਨਾਂ ਦੇ ਕੁਛ ਮੈਨੂੰ ਜੋ ਪਤਾ ਲੱਗਿਆ ਅਜੇ ਰਿਵੀਲ ਨਹੀਂ ਅਸੀਂ ਕਰ ਸਕਦੇ, ਕੁਛ ਜਿਹੜਾ ਇਹਦਾ ਕਜ਼ਨ ਵਗੈਰਾ ਉਹ ਵੀ ਪਿੱਛੇ ਫੜਿਆ ਗਿਆ ਕਿਸੇ ਕੇਸ ਦੇ ਵਿੱਚ, ਉਹ ਵੀ ਜੇਲ੍ਹ 'ਚ ਹੈ, ਉਹ ਵੀ ਅਸੀਂ ਸਾਰਾ ਐਂਗਲ ਕਰ ਰਹੇ ਹਾਂ ਬਿਕੋਜ਼ ਇਮੀਡੀਏਟ ਰਿਕਵਰੀ ਹੋਈ ਹੈ। ਅਤੇ ਇਹਦੇ ਜਿੰਨੀ ਜਾਣਕਾਰੀ ਰਿਕਵਰੀ ਹੋਈ ਹੈ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਡੈਫੀਨੇਟਲੀ ਅਸੀਂ ਸ਼ੇਅਰ ਕਰਾਂਗੇ। ਹਾਂਜੀ,
ਇੱਕ ਤਾਂ ਸੰਦੀਪ ਲਾਡੀ ਹੈ ਜੀ ਗੁਰੂ ਕੀ ਵਡਾਲੀ ਦਾ, ਦੂਜਾ ਹੈਗਾ ਰੋਸ਼ਨ, ਇਹ ਹੇਅਰ ਪਿੰਡ ਦਾ ਹੈਗਾ ਅੰਮ੍ਰਿਤਸਰ ਰੂਰਲ ਦਾ, ਅਜੇ ਤੱਕ ਨਹੀਂ ਸਾਹਮਣੇ ਆਇਆ ਜੀ। ਪਰ ਇਹ ਕਾਫੀ ਜੋ ਇਹ ਦੱਸਿਆ, ਇੱਕ ਸਾਲ ਤੋਂ ਮੈਂ ਜਿਵੇਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ, ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸੀਗੇ। ਇਹ ਜਿਹਨਾਂ ਦੀ ਅਰਾਊਂਡ ਅਬਾਊਟ 30 ਹੈ ਜੀ, ਨਸ਼ੇ ਵਾਲੀ ਗੱਲ ਅਜੇ ਕੋਈ ਸਾਹਮਣੇ ਨਹੀਂ ਆਈ, ਹੁਣ ਮੈਡੀਕਲ ਵੀ ਹੋਏਗਾ, ਸਾਰਾ ਕੁਛ ਆਪਾਂ ਚੈੱਕ ਕਰਾਵਾਂਗੇ। ਹੈਂਜੀ, ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆਈ। ਬੇਸਿਕਲੀ ਨਰੋਲ ਦੇਖੋ, ਤੁਹਾਨੂੰ ਵੀ ਪਤਾ ਕਿ ਬਾਹਰ ਬੇਸ ਲੋਕ ਮਨੀ ਅਤੇ ਹੋਰ ਕੰਮ ਵਾਸਤੇ ਇਹ ਡਰੱਗ ਅਤੇ ਨਾਲ ਆਰਮਸ ਦਾ ਰੈਕਟ ਚਲਾਉਂਦੇ ਆ, ਔਰ ਕ੍ਰੋਸ ਬਾਰਡਰ ਸਟੈਂਪਿੰਗ ਤੁਹਾਨੂੰ ਬੜੀ ਕਲੀਅਰ ਆਪਾਂ ਰਿਵੀਲ ਕਰ ਰਹੀ ਹੈ, ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ। ਔਰ ਜਿਹੜੇ ਇੰਨੇ ਸਫਿਸਟੀਕੇਟਡ ਵੈਪਨਸ ਨੇ, ਇਹ ਡੈਫੀਨੇਟਲੀ ਇਹ ਸ਼ੋਅ ਕਰ ਰਿਹਾ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਅਤੇ ਹੀਰੋਇਨ ਆਉਂਦੀ ਰਹੀ ਹੈ, ਔਰ ਡਰੋਨ ਦੇ ਜਿਹੜੇ ਸਪੇਅਰ ਪਾਰਟਸ ਔਰ ਰਿਮੋਟ ਮਿਲਣਾ, ਇਸ ਗੱਲ ਦੀ ਇਹ ਕਰਦੇ ਕਿ ਬੜਾ ਹੀ ਔਰਗਨਾਈਜ਼ਡ ਨੈਟਵਰਕ ਸੀ, ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ, ਆਪਾਂ ਕਈ ਵਾਰ ਇਹ ਸੋਚਦੇ ਵੀ ਉੱਧਰੋਂ ਡਰੋਨ ਆ ਰਹੀ ਹੈ, ਹੋ ਸਕਦਾ ਇਹ ਵੀ ਉੱਧਰੋਂ ਕਿਸੇ ਤਰੀਕੇ ਨਾਲ ਓਪਰੇਟ ਕਰਦੇ ਹੋਣ। ਸੋ ਇਹਨਾਂ ਦਾ ਜਿਹੜਾ ਉਹ ਕ੍ਰੋਸ ਬਾਰਡਰ ਲਿੰਕ ਹੈ, ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਸਾਰੀ। ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੀ, ਇਸਲਾਮਾਬਾਦ ਏਰੀਏ ਦੇ ਵਿੱਚ ਉਹ ਇਹ ਹੋਈ ਹੈ ਇਹਨਾਂ ਦੀ ਅਰੈਸਟ, ਔਰ ਰਿਕਵਰੀ ਵੀ ਉੱਥੋਂ ਹੀ ਹੋਈ ਹੈ। ACP ਮਿਸਟਰ ਸੁਰਿੰਦਰ ਜੀ ਮੌਕੇ 'ਤੇ ਜਾ ਕੇ ਸਾਰੀ ਰਿਕਵਰੀ ਇਹਨਾਂ ਦੀ ਹਾਜ਼ਰੀ 'ਚ ਕੀਤੀ ਹੈ ਐਜ਼ ਪਰ NDPS ਐਕਟ। ਔਰ ਜਿਹੜੇ ਅਗਲੇ ਲਿੰਕੇਜਿਸ ਨੇ ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜ਼ਰੂਰ ਸਾਹਮਣੇ ਲਿਆਵਾਂਗੇ। ਉਸ 'ਤੇ ਬੜਾ ਦੇਖੋ, ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹ ਵੀ ਗੱਲ ਇਨਵੈਸਟੀਗੇਟ ਕੀਤੀ ਜਾਊਗੀ ਕਿ ਹੋ ਸਕਦਾ ਕਿਸੇ ਜਿਹੜਾ ਅੱਗੇ ਸਪਲਾਇਰ ਹੈ ਉਹ ਛੋਟੇ ਲੈਵਲ ਦਾ ਪੈਡਲਰ ਹੋਵੇ ਜਾਂ ਹੋਰ ਹੋਵੇ, ਉਹ ਸਾਰਾ ਨੈਟਵਰਕ ਅਸੀਂ ਪੂਰਾ ਸਮੈਸ਼ ਕਰਾਂਗੇ। ਬਿਲਕੁਲ ਇਨਫੋਰਮੇਸ਼ਨ ਬੇਸਡ ਹੈ ਜੀ, ਔਰ ਮੈਂ ਸਪੈਸ਼ਲ ਮੁਬਾਰਕਬਾਦ ਸਾਡੇ ਅਭਿਮਨਿਊ ਰਾਣਾ ਜੀ ਨੂੰ ਦਿੰਦਾ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਓਪਰੇਸ਼ਨ ਦੇ ਉੱਤੇ, ਐਂਡ ਉਹਦੇ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ। ਅਜੇ ਦੇਖੋ ਟੈਰਰਿਜ਼ਮ ਵਾਲਾ ਐਂਗਲ ਨਹੀਂ ਆਇਆ ਸਾਹਮਣੇ, ਪਰ ਅਸੀਂ ਇਹਨੂੰ ਬੜਾ, ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਬਰੀਫ ਕੀਤਾ, ਹਰ ਐਸਪੈਕਟ ਇਨਵੈਸਟੀਗੇਸ਼ਨ ਦਾ ਰਿਕਾਰਡ 'ਤੇ ਲਿਆ ਕੇ ਉਹਨੂੰ ਪੂਰੀ ਬਰੀਕੀ ਨਾਲ ਛਾਣਿਆ ਜਾਏਗਾ, ਔਰ ਕੋਈ ਵੀ ਇਹੋ ਜਿਹਾ ਅਸੀਂ ਨਹੀਂ ਛੱਡਦੇ ਜਿੱਥੇ ਕਿ ਸਾਡਾ ਕੋਈ ਲੂਜ਼ ਐਂਡ ਰਹਿ ਜੇ, ਇਹਨੂੰ ਅਪ ਟੂ ਦੀ ਲਾਸਟ ਮੈਨ ਅਸੀਂ ਲੈ ਕੇ ਜਾਵਾਂ। ਅਜੇ ਤੱਕ ਜੇਲ੍ਹ ਦਾ ਕੋਈ ਕਨੈਕਸ਼ਨ ਨਹੀਂ ਆਇਆ ਜੀ, ਬਟ ਜਿੱਦਾਂ ਆਏਗਾ ਕੋਈ ਇਸ ਚੀਜ਼ ਸਾਹਮਣੇ ਜੇ ਆਊਗੀ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗੀ। ਦੇਖੋ ਸਾਰੀ ਜਿਹੜੀ ਰਿਕਵਰੀ ਕਾਰ ਦੇ ਵਿੱਚੋਂ ਹੋਈ ਹੈ, ਕੋਈ ਕੁਛ ਉਸ ਤੋਂ ਬਾਅਦ ਵੀ ਜਿਹੜੇ ਕੀਤੇ ਗਏ ਨੇ ਘਰ ਦੇ ਵਿੱਚੋਂ, ਔਰ ਉਹ ਸਾਰਾ ਬੜੀ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਅਤੇ ਪ੍ਰੀਲਿਮਿਨਰੀ ਜਿਹੜਾ ਇਹਨਾਂ ਦੀ ਕੁਐਸਚਨਿੰਗ ਹੈ ਉਸ ਤੋਂ ਇਹ ਗੱਲ ਸਾਹਮਣੇ ਆਈ। ਦੇਖੋ ਜੀ, ਆਪਾਂ ਸਾਰੇ ਜਾਣਦੇ ਹਾਂ, ਬੜੀ ਵਾਰੀ ਜ਼ਿਕਰ ਪਹਿਲਾਂ ਵੀ ਹੋਇਆ ਕਿ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹੈ ਇਹ, ਔਰ ਲਿਓਰਮੈਂਟ ਆਫ ਮਨੀ ਵੀ ਵੱਡਾ ਇਸ਼ੂ ਹੈ,
ਤੋ ਇਸ ਕਰਕੇ ਸਾਰੇ ਚੀਜ਼ਾਂ ਕੰਬਾਈਨ ਹੋਈਆਂ ਤਾਂ ਹੀ ਇਹ ਬੰਦੇ ਇਸ ਤਰੀਕੇ ਨਾਲ ਜੁੜੇ ਹੈ। ਔਰ ਵੈਸੇ ਵੀ ਇੱਕ ਈਜ਼ੀ ਮਨੀ ਦਾ ਜਿਹੜਾ ਟ੍ਰੈਂਡ ਹੁੰਦਾ ਜਾਂ ਸਾਈਕੀ ਹੁੰਦੀ ਹੈ, ਦੈਟ ਗਿਵਸ ਬਰਥ ਟੂ ਆਲ ਦਿਸ। ਸਿਮ ਵਗੈਰਾ ਅਜੇ ਨਹੀਂ ਆਏ ਜੀ, ਫੋਨਸ ਦਾ ਅਸੀਂ ਅਨੈਲਿਸਿਸ ਕਰਾਂਗੇ ਜਿਹੜੇ ਮਿਲੇ ਨੇ ਉਹਨਾਂ ਦੇ ਉੱਤੇ ਵਰਕ ਕਰਾਂਗੇ ਅੱਗੇ। ਉਹੀ ਮੈਂ ਤੁਹਾਨੂੰ ਦੱਸਿਆ ਜੀ, ਅਜੇ ਉਹ ਸਾਰਾ ਅਸੀਂ ਜਿਹੜਾ ਕੰਟੈਕਟ ਹੈ ਉਹਨੂੰ ਅਸਟੈਬਲਿਸ਼ ਕਰਨਾ, ਬਿਕੋਜ਼ ਬਹੁਤ ਅਰਲੀ ਇਮੀਡੀਏਟਲੀ ਤੁਹਾਡੇ ਨਾਲ ਪ੍ਰੈਸ ਨਾਲ ਸ਼ੇਅਰ ਕੀਤਾ ਜਾ ਰਿਹਾ। ਇਨਵੈਸਟੀਗੇਸ਼ਨ ਜਿੱਦਾਂ ਪ੍ਰੋਗਰੈਸ ਕਰੂਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਉਹ ਅਸੀਂ ਸਾਰਾ ਇਨਵੈਸਟੀਗੇਟ ਹੁਣ ਕਰਨ ਲੱਗੇ ਹਾਂ ਜੀ ਵੀ ਕਿਹਦੇ ਥਰੂ ਇਹ ਸਾਰਾ ਮਕਾਨ ਇਹਨਾਂ ਨੇ ਹਾਸਲ ਕੀਤਾ, ਉਹ ਸਾਰਾ ਐਂਗਲ ਅਸੀਂ ਦੇਖਾਂਗੇ। ਅਜੇ ਤਾਂ ਸਾਰੀ ਪੁਲਿਸ ਜਿਹੜੀ ਆਪਣੀ ਇਨਵੈਸਟੀਗੇਸ਼ਨ ਅਤੇ ਰਿਕਵਰੀਆਂ ਦੇ ਉੱਤੇ ਲੱਗੀ ਹੋਈ ਸੀ ਪ੍ਰਿਲਿਮਨਰੀ, ਐਂਡ ਆਈ ਤੁਸੀਂ ਵੀ ਐਪਰੀਸ਼ੀਏਟ ਕਰੋਗੇ ਕਿ ਇੰਨੀ ਜਲਦੀ ਅੱਛਾ ਡਰੱਗ ਮਨੀ ਆਰਮਸ ਔਰ ਹੀਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਹੈ। ਤੁਸੀਂ ਵੀ ਸਾਰੇ ਇਹਨੂੰ ਸਮਝਦੇ ਹੋ ਅੱਜ ਹੀ ਜੀ। ਦੇਖੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਆਪਣੇ ਪੁਲਿਸ ਦੇ ਸਾਰੇ ਆਫਿਸਰ ਅਤੇ ਜਵਾਨਾਂ ਨੂੰ ਨਵੇਂ ਸਾਲ ਦੀ ਮੁਬਾਰਕ ਦਿੰਦਾ। ਇਸ ਤੋਂ ਇਲਾਵਾ ਮੈਂ ਇੱਕ ਰਿਕੁਐਸਟ ਕਰਦਾ ਕਿ ਮੈਂ ਸਾਰਿਆਂ ਵਾਸਤੇ ਅਸੀਂ ਦੁਆਵਾਂ ਕਰਦੇ ਹਾਂ ਕਿ ਹਰੇਕ ਦੇ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਬਖਸ਼ਣ ਪਰਮਾਤਮਾ ਔਰ ਸਿਹਤਯਾਬੀ ਔਰ ਕਾਮਯਾਬੀ ਦੇਣ। ਪਰ ਉੱਥੇ ਨਾਲ ਨਾਲ ਸਭ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਆਪਣਾ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ। ਦੂਸਰੀ ਗੱਲ ਬੜੀ ਕਲੀਅਰ ਹੈ, ਸਾਡੀ ਪਾਲਿਸੀ ਜ਼ੀਰੋ ਟੋਲਰੈਂਸ ਦੀ ਹੈ ਕਿਸੇ ਹੁੱਲੜਬਾਜ਼ੀ ਜਾਂ ਗੁੰਡਾਗਰਦੀ ਨੂੰ। ਉਹ ਜਿਹੜਾ ਬੰਦਾ ਆਪਣੀ ਲਾਈਨ ਕ੍ਰੋਸ ਕਰੇਗਾ ਦੈਨ ਹੀ ਸ਼ੁੱਡ ਬੀ ਫੇਸਿੰਗ ਵੈਰੀ ਸਟ੍ਰਿਕਟ ਐਕਸ਼ਨ, ਉਸ 'ਚ ਕੋਈ ਲਿਹਾਜ਼ ਕਿਸੇ ਦੀ ਨਹੀਂ ਹੋਏਗੀ। ਦੇਖੋ ਮਾਰਕੀਟ ਵੈਲਿਊ ਦਾ ਕਦੇ ਵੀ ਅਸੈਸ ਨਹੀਂ ਕੀਤੀ ਜਾਂਦੀ ਔਰ ਵੈਸੇ ਵੀ ਇਹਦੇ ਨਾਲ ਨਹੀਂ ਵੈਲਿਊ ਦਾ। ਦੇਖੋ ਭਾਈ ਸਾਹਿਬ, ਦੇਖੋ ਮੈਂ ਇਸ ਗੱਲ ਦੇ ਵਿੱਚ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ। ਹਾਂਜੀ ਠੀਕ ਹੈ ਜੀ, ਥੈਂਕ ਯੂ।